ਆਥਣ ਤੇ ਸਰਗੀ ਮਿਲਣਗੀਆਂ ਬੰਜਰਾਂ ਵਿੱਚ ਕਲੀਆਂ ਖਿਲਣਗੀਆਂ ਟਿੱਬਿਆਂ ਤੇ ਹੋਣੀ ਆ ਛਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਜੀ ਜੋਬ ਛੱਡ ਕੇ ਆ ਗਿਆ ਜੀ ਮੇਰੀ 1 ਲੱਖ 1.5 ਲੱਖ ਰੁਪਏ ਤਨਖਾਹ ਸੀ ਸਿੰਗਾਪੁਰ ਦੀ ਮੈਂ ਫੂਡ ਦੇ ਡਿਪਾਰਟਮੈਂਟ ਦੇ ਵਿੱਚ ਜੋਬ ਕਰਦਾ ਸੀ ਵਧੀਆ ਤੇ ਮੈਂ 2013 ਦੇ ਵਿੱਚ ਛੱਡ ਕੇ ਆ ਗਿਆ ਸੀ ਜੀ ਉਹਨੂੰ ਕਿਉਂਕਿ ਤੁਸੀਂ ਜਦੋਂ ਇੰਨਾ ਪੈਸਾ ਛੱਡ ਕਿਉਂਨੇ ਫਿਰ ਤੁਸੀਂ 2 2000 ਰੁਪਏ ਨੂੰ ਵੀ ਦੱਸ ਦਿਓ ਮੇਰਾ ਨਾਮ ਬਲਜੀਤ ਸਿੰਘ ਹੈ ਪਿੰਡ ਮੇਰਾ ਚਨਕੋਈ ਹੈ ਕਈ ਗਰ ਚਨਕੋਈਆਂ ਦੇ ਨਾਂ ਜਾਣਦੇ ਨੇ ਕਈ ਗਰ ਸਿੰਘ ਜੀ ਦੇ ਨਾਂ ਜਾਣਦੇ ਘਰੇ ਥੋੜਾ ਜਿਹਾ ਪਸੰਦ ਨਹੀਂ ਕਰਦੇ ਸੀਗੇ ਤੁਹਾਨੂੰ ਹੁੰਦਾ ਹੀ ਆ ਵੀ ਚਲੋ ਗੁੰਦਾ ਪੜ ਲੈ ਕੇ ਪੋਜੋ ਹੋਰ ਬਣੇ ਤਾਂ ਚੱਲਦੇ ਹੀ ਰਹਿੰਦੇ ਨੇ ਨਾ ਮੇਰਾ ਗਾਣਾ ਦੱਸੀ ਨਾ ਮੇਰੇ ਬਾਰੇ ਸੀਗਾ ਜੋ ਗੋਲਡੀ ਦੇ ਸੀ ਗੁਰੂ ਨੇ ਗਾਇਆ ਤੇ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਕਈ ਗਾਣੇ ਉਹਨੇ ਜੋ ਮੈਨੂੰ ਲੱਗਦਾ ਵੀ ਯਾਰ ਇਹ ਗਾਣੇ ਆਡੀਅנס ਤੱਕ ਜਾਣੇ ਚਾਹੀਦੇ ਨੇ ਲੋਕਾਂ ਤੱਕ ਪਹੁੰਚਣੇ ਚਾਹੀਦੇ ਨੇ ਸੋ ਫਿਰ ਮੈਨੂੰ ਇਹ ਲੱਗਦਾ ਵੀ ਫਿਰ ਮੈਂ ਹੀ ਗਾਉਣੇ ਨੇ ਵੀ ਯਾ ਨੂੰ ਮੇਂ ਗਾਂਵ ਮੈਂ ਉਹਦੇ ਵਿੱਚੋਂ ਹੀ ਸਿੱਖਣ ਨੂੰ ਮਿਲਿਆ ਕੁਝ ਐਕਚੁਅਲੀ ਮਿੱਟੀ ਉਸੀ ਉਹਦੇ ਵਿੱਚੋਂ ਪੁੰਗਰਿਆ ਕੁਦਰਤ ਬੈਸਟ ਐਕਟਰ ਦਾ ਰੋਲ ਬੈਸਟ ਐਕਟਰ ਨੇ ਦਿੰਦੀ ਮੇਰਾ ਖਾਬ ਬੜਾ ਵਧੀਆ ਸੀਗਾ ਇਹ ਚੀਜ਼ ਦਾ ਕਿ ਮੈਂ ਕਿਸੇ ਦਿਨ ਦੁਨੀਆ ਮੂਰੇ ਆਉਂਗਾ ਨਾਮ ਆਊਗਾ ਮੇਰਾ ਲੋਕ ਮੈਨੂੰ ਦੇਖਣਗੇ ਮੈਂ ਪਹੁੰਚ ਜਾਣਾ ਖੰਭ ਜਾਂ ਪੱਤਾ ਡਿੱਗਦਾ ਨਾ ਉਹ ਬੜਾ ਸੰਤਲੋਕੇ ਏਦਾਂ ਥੱਲੇ ਡਿੱਗਦਾ ਵੀ ਹੁਣ ਲਾਈਫ ਏਦਾਂ ਲੱਗ ਰਹੀ ਹੈ ਹੁਣ ਮਤਲਬ ਕੋਈ ਪਟਕਣ ਜੀ ਨਹੀਂ ਹੈਗੀ ਕੋਈ ਕਿਸੇ ਪਿੱਛੇ ਕੁਝ ਪਾਉਣ ਦੀ ਐਡਾ ਕੋਈ ਨਹੀਂ ਰਿਹਾ ਸਾਈਕਲੋਂ ਜਹਾਜ਼ ਤੱਕ ਆਇਆ ਕਿਵੇਂ ਓ ਕੌਣ ਏ ਤੂੰ ਕਹਿ ਕੇ ਠੁਕਰਾਇਆ ਕਿਵੇਂ ਕਿਸਮਤ ਚੰਦਰੀ ਨੇ ਬੜਾ ਲਹੂ ਪੀਤਾ ਮਸਾਂ ਮਿਹਨਤਾਂ ਨਾ ਮੋੜ ਕੇ ਲਿਆਇਆ ਕਿਵੇਂ ਓ ਲੋਕਾਂ ਨੂੰ ਤਾਂ ਲੱਗਦਾ ਜਗਾੜ ਲਾਇਆ ਹੁਣ ਪਰ ਪਿੰਡੇ ਨੇ ਹੰਡਾਇਆ ਹੱਡ ਹੱਡ ਜਾਣਦਾ ਕਿਹੜੇ ਕਿਹੜੇ ਰਾਹ ਚੋਂ ਲੈ ਕੇ ਆਈ ਜ਼ਿੰਦਗੀ ਇੱਕ ਮੇਰੀ ਮਾਂ ਦੂਜਾ ਰੱਬ ਜਾਣਦਾ ਘੈਂਟ ਗੱਲ ਸਮੇ ਨੇ ਸਿਖਾਈ ਮਿੱਤਰ ਢੋਡੇ ਨਾਲੋਂ ਤੁਮ ਨਹੀਂ ਪੁੱਜ ਜਾਂਦਾ ਕਲਮ ਤੋਂ ਲਿਖੇ ਹੋਏ ਸ਼ਬਦ ਜਦੋਂ ਲੋਕਾਂ ਦੀ ਜ਼ੁਬਾਨ 'ਚ ਚੜਦੇ ਨੇ ਔਰ ਦਿਲ ਵਿੱਚ ਉਤਰਦੇ ਨੇ ਤਾਂ ਲੋਕ ਵਾਹ ਵਾਹ ਕਰਦੇ ਨੇ ਔਰ ਲਿਖਣ ਵਾਲੇ ਨੂੰ ਵੀ ਲੋਕ ਪੁੱਛਦੇ ਨੇ ਕਿ ਵਾਹ ਕੀ ਕਮਾਲ ਲਿਖਿਆ ਜੇ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਤਾਂ ਕਾਫੀ ਲਿਖਾਰੀ ਹੋਏ ਨੇ ਜਿਨ੍ਹਾਂ ਦੇ ਲਿਖੇ ਹੋਏ ਗੀਤ ਲੋਕਾਂ ਦੀ ਜ਼ੁਬਾਨ ਤੇ ਚੜੇ ਨੇ ਲੋਕਾਂ ਦੇ ਫੰਕਸ਼ਨ 'ਚ ਉਹ ਗੀਤ ਵੱਜਦੇ ਰਹੇ ਨੇ ਅੱਜ ਐਸੀ ਇੱਕ ਸ਼ਖਸ਼ਿਤ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਦੇ ਲਿਖੇ ਹੋਏ ਗਾਣੇ ਭਾਵੇਂ ਗੁਰਨਾਮ ਭੁੱਲਰ ਹੋਣ ਭਾਵੇਂ ਰਵਿੰਦਰ ਰਾਜਵੀਰ ਜਵੰਦਾ ਹੋਣ ਹੋਰ ਵੱਡੇ ਸਟਾਰ ਹੋਣ ਉਹ ਗੰਦੇ ਰਹਿੰਦੇ ਨੇ ਮੇਰੀ ਮੁਰਾਦ ਹੈ ਸਿੰਘਜੀਤ ਸਤਿ ਸ਼੍ਰੀ ਅਕਾਲ ਜੀ ਸਰ ਬਹੁਤ ਬਹੁਤ ਮੁਬਾਰਕਾਂ ਜੀ ਮੁਬਾਰਕਾਂ ਤੁਹਾਡੇ ਨਾਲ ਜੀ ਤੁਸੀਂ ਮੈਂ ਪਹਿਲੇ ਇੱਕ ਇਹ ਪੁੱਛਾਂਗਾ ਕਿ ਤੁਹਾਡਾ ਨਾਮ ਹੈ ਸਿੰਘਜੀਤ ਮੈਂ ਇੱਕ ਵਾਰ ਆਰਨੇਤ ਨਾਲ ਬੈਠਿਆ ਸੀ ਤੇ ਆਰਨੇਤ ਮੈਨੂੰ ਉਹ ਜਦੋਂ ਤੁਹਾਡਾ ਨਾਮ ਆਇਆ ਤੇ ਮੈਂ ਥੋੜਾ ਜਿਹਾ ਲੱਗਾ ਕਿ ਇਹ ਵਕੀ ਨਾਮ ਦੇ ਪਿੱਛੇ ਕੀ ਕੋਈ ਹੈਗਾ ਕੀ ਕਹਾਣੀ ਇਸ ਵਾਂ ਵੀ ਬਣਦੇ ਨੇ ਜੀ ਐਕਚੁਅਲੀ ਮੇਰਾ ਛੋਟਾ ਬ੍ਰਦਰ ਹੈ ਮੇਰਾ ਨਾਮ ਬਲਜੀਤ ਸਿੰਘ ਹੈ ਪਿੰਡ ਮੇਰਾ ਚਨਕੋਈਆ ਜੀ ਜਦੋਂ ਨੇਮ ਲਿਖਦੇ ਆ ਉਹਦੋਂ ਬੀਤਵਲਜੀਤ ਬਾਈ ਜੀ ਬਹੁਤ ਉਹ ਕਹਿੰਦਾ ਯਾਰ ਰਿਜ਼ੈਂਬਲ ਹੋ ਰਿਹਾ ਤੇਰਾ ਨਾਮ ਹਣਾ ਵੀ ਬੱਚੇ ਇੰਜ ਕਰਦੇ ਆ ਉਹਨੇ ਸਿੰਘ ਮੂਰੇ ਲਾਤਾ ਜੀਤ ਪਿੱਛੇ ਕਰਦਾ ਬੱਲ ਘਟ ਕੇ ਸਿੰਘਜੀਤ ਸਿੰਘਜੀਤ ਉਹ ਕਬ ਦੇ ਆਪ ਚੈਨ ਨਾ ਸੁਣਾ ਬਿੱਟ ਵੇ ਗਿਆ ਤੇ ਲੋਕਾਂ ਨੇ ਜਦੋਂ ਗਾਣਿਆਂ ਚ ਸੁਣਿਆ ਹੁਣ ਮੈਨੂੰ ਕਈ ਗਰ ਚਨਕੁਈਆਂ ਦੇ ਨਾਮ ਜਾਣਦੇ ਨੇ ਕਈ ਗਰ ਸਿੰਘ ਜੀ ਦੇ ਨਾਮ ਜਾਣਦੇ ਨੇ ਸੋ ਮੈਂ ਸ਼ੁਕਰਗੁਜ਼ਾਰ ਆ ਮੇਰੇ ਬਰਦਰਦਾ ਜੀ ਨੇ ਮੈਨੂੰ ਇਨਾ ਸੁਣਾ ਨਾਮ ਦਿੱਤਾ ਤੇ ਲੋਕਾਂ ਦਾ ਜਿਨੇ ਨੇ ਇਨਾ ਪਿਆਰ ਦਿੱਤਾ ਘਰ ਚ ਕੀ ਕਹਿੰਦੇ ਨੇ ਕਰ ਦੇ ਵਿੱਚ ਤਾਂ ਹੀ ਮੈਨੂੰ ਵੀ ਵੈਸੇ ਬਲਜੀਤ ਹੀ ਕਹਿੰਦੇ ਨੇ ਸਾਰੇ ਆ ਪਿੰਡ ਦੇ ਵਿੱਚ ਵੀ ਸਾਰੇ ਬਲਜੀਤ ਹੀ ਕਹਿੰਦੇ ਨੇ ਜੀ ਜੀ ਤੇ ਬਲਜੀਤ ਜੀ ਸਫਰ ਜਿਹੜਾ ਕਹਿੰਦੇ ਨੇ ਲਖਾਰੀ ਇਹ ਇਹ ਜਿਹੜੀ ਜ਼ਿੰਦਗੀ ਹੈ ਲਿਖਣ ਦੀ ਇਹ ਕਦੋਂ ਤੋਂ ਸ਼ੁਰੂ ਹੋਈ ਤੁਸੀਂ ਹਾਲਾਂਕਿ 2000 ਤੋਂ ਮੇਰੇ ਖਿਆਲ ਇਸ ਫੀਲਡ 'ਚ ਹੋ ਤੇ ਬਚਪਨ 'ਚ ਸ਼ੌਂਕ ਸੀਗਾ ਜਾਂ ਬਾਅਦ 'ਚ ਹੋਇਆ ਉਹ ਕਹਾਣੀ ਜਰੂਰ ਦੱਸੋ ਹਾਂ ਜੀ 2000 ਦਾ ਮਤਲਬ ਮੈਂ ਉਦੋਂ 7ਵੀਂ 8ਵੀਂ ਸੀਗਾ ਜੀ ਤੇ ਮੈਨੂੰ ਬੜਾ ਮਤਲਬ ਸ਼ੌਂਕ ਸੀਗਾ ਜੀ ਮੈਂ ਇਹ ਚੀਜ਼ਾਂ ਲਿਖੀ ਚੱਲਾਂ ਇਨੂੰ ਠਾਲ ਕੇ ਦੇਖਿਆ ਨਾ ਤਾਂ मीनिंग ਕੀ ਆ ਸੈਂਸ ਕੀ ਕਹਿੰਦੀ ਐ ਇਹਨਾਂ ਦੀ ਸਾਰਿਆਂ ਦੀ ਸੋ ਬਦ ਲਿਖਦੇ ਗਏ ਥੋੜਾ ਜਿਹਾ ਕਾਪੀਆਂ ਚ ਲਿਖ ਦਿੰਦੇ ਸੀ ਸ਼ਾਇਰੀ ਲਿਖ ਦਿੰਦੇ ਸੀ ਕਿਸੇ ਦੀ ਚ ਲਿਖਤਾ ਆਪਣੀ ਚ ਲਿਖਤਾ ਐਦਾਂ ਕਰਕੇ ਘਰੇ ਥੋੜਾ ਜਿਹਾ ਪਸੰਦ ਨਹੀਂ ਕਰਦੇ ਸੀਗੇ ਤੁਹਾਨੂੰ ਹੁੰਦਾ ਹੀ ਆ ਵੀ ਚਲੋ ਬੰਦਾ ਪੜ੍ਹ ਲੈ ਕੇ ਕੁਝ ਹੋਰ ਬਣੇ ਤਾਂ ਚੱਲਦੇ ਹੀ ਰਹਿੰਦੇ ਨੇ ਨਾ ਸੋ ਪਰ ਟੀਚਰਾਂ ਤੱਕ ਗਈਆਂ ਗੱਲਾਂ ਬਾਤਾਂ ਟੀਚਰ ਨੇ ਉਹ ਥੋੜਾ ਜਿਹਾ ਉਤਸ਼ਾਹ ਕੀਤਾ ਵੀ ਕਰੋ ਬਈ ਇਹਨੂੰ ਸੁਣੋ ਵਧੀਆ ਸੋ ਇਸ ਤਰ੍ਹਾਂ ਚੱਲਦਾ ਚੱਲਦਾ ਕਰਮ ਅੱਜ ਲੋਕਾਂ ਤੱਕ ਪਹੁੰਚ ਗਿਆ ਜੀ ਅੱਛਾ ਜਦੋਂ ਕਹਿੰਦੇ ਨਾ ਕਿ ਹੱਲਾਸ਼ੇਰੀ ਮਿਲਦੀ ਹੈ ਘਰੋਂ ਮਿਲਦੀ ਹੈ ਜਾਂ ਕਿਸੇ ਗੁਰੂ ਮਿਲਦੀ ਹੈ ਟੀਚਰ ਮਿਲਦੀ ਹੈ ਪਹਿਲੀ ਹੱਲਾਸ਼ੇਰੀ ਕਿੱਥੋਂ ਮਿਲੀ ਸੀ ਇਹ ਪਹਿਲੀ ਹੱਲਾਸ਼ੇਰੀ ਦੀ ਗੱਲ ਕਰੀਏ ਜੀ ਤਾਂ ਮੇਰੇ ਦੋਸਤਾਂ ਮਿੱਤਰਾਂ ਵੱਲੋਂ ਮੇਰੇ ਪਿੰਡ ਦੇ ਵੱਲੋਂ ਵੀ ਹਾਂ ਯਾਰ ਤੂੰ ਕਰ ਸਕਦਾ ਯਾਰ ਤੇਰੇ ਵਿੱਚ ਤੇਰੀ ਗੱਲਾਂ ਚ ਹੀ ਲੱਗਦਾ ਸਾਨੂੰ ਨਾ ਤੂੰ ਇਹਨੂੰ ਜੋੜ ਕੇ ਦੇਖ ਫਿਰ ਇੱਕ ਮੇਰਾ ਮਿੱਤਰ ਸੀਗਾ ਜੀ ਹੁਣ ਆਸਟ੍ਰੇਲੀਆ ਚ ਆਈ ਤੇ ਉਹਨੇ ਡੀਪ ਮਤਲਬ ਸਟੱਡੀ ਕੀਤੀ ਜਿਵੇਂ ਅਲੰਕਾਰ ਹੁੰਦੇ ਨੇ ਸ਼ੰਦ ਹੁੰਦੇ ਨੇ ਪੰਜਾਬੀ ਵਿਆਕਰਨ ਤੇ ਪੰਜਾਬੀ ਪਾਸ਼ਾ ਤੇ ਬਹੁਤ ਵਧੀਆ ਮੈਂ ਜਦੋਂ ਉਹਦੇ ਕੰਟੈਕਟ ਚ ਆਇਆ ਤਾਂ ਮੈਂ ਥੋੜਾ ਜਿਹਾ ਉਗੜਿਆ ਮਨ ਲੱਗਿਆ ਵੀ ਹਾਂ ਫਿਰ ਅਸੀਂ ਦੋਨੋਂ ਜਾਣੇ ਲਿਖਣ ਲੱਗੇ ਫਿਰ ਅਸੀਂ ਛੰਦ ਬੰਦੀ ਤੁਕਾਂ ਇਹ ਉਹ ਸਭ ਪੰਜਾਬੀ ਦੇ ਵਿੱਚ ਜੋ ਵੀ ਹੁੰਦਾ ਸਿੱਖਣ ਲੱਗੇ ਉਹਦੇ ਤੇ ਵਰਕ ਕਰਨ ਲੱਗੇ ਅਸੀਂ ਨਵੀਆਂ ਚੀਜ਼ਾਂ ਜੋੜਨ ਲੱਗੇ ਜੋ ਆਪਣੇ ਇਤਿਹਾਸ ਦੇ ਵਿੱਚ ਹੋਈਆਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਉਸਤਾਦ ਦਾਮਨ ਜੀ ਨੂੰ ਪੜਨ ਲੱਗੇ ਸੁਣਨ ਲੱਗੇ ਕਿੱਦਾਂ ਲਹਿਰਾਂ ਬਹਿਰਾਂ ਬਣਦੀਆਂ ਨੇ ਕਿੱਦਾਂ ਕਾਫੀ ਹਰਦੀਫ ਜੋ ਚੀਜ਼ਾਂ ਦੀ ਸਟੱਡੀ ਕਰਦੇ ਗਏ ਤਾਂ ਇਹਦੇ ਵਿੱਚ ਹੋਰ ਬਹੁਤ ਸਖੋਜ ਨਿਕਲਦਾ ਗਿਆ ਤੇ ਉਹਨਾਂ ਪਿਆਰ ਪੈਂਦਾ ਗਿਆ ਤੇ ਸ਼ਬਦ ਹੋਰ ਵਧੀਆ ਬਣਦੇ ਗਏ ਪਹਿਲੀ ਵਾਰ ਵੱਡਾ ਮੌਕਾ ਕਦੋਂ ਮਿਲਿਆ ਕਿਵੇਂ ਮਿਲਿਆ ਮੈਂ ਮੌਕਾ ਨਹੀਂ ਕਹੂੰਗਾ ਜੀ ਮੈਂ ਹਰ ਚੀਜ਼ ਸਵੱਬ ਨੂੰ ਜ਼ਿਆਦਾ ਕਹਣਾ ਹੈ ਮੇਰਾ ਗਾਣਾ ਦੱਸੀ ਨਾ ਮੇਰੇ ਬਾਰੇ ਸੀਗਾ ਜੋ ਗੋਲਡੀ ਦੇਸੀ ਗਰੂ ਨੇ ਗਾਇਆ ਤੇ ਉਹ ਲੋਕਾਂ ਨੇ ਬਹੁਤ ਪਸੰਦ ਕੀਤਾ ਉਸ ਤੋਂ ਬਾਅਦ ਫਿਰ ਇਦਾਂ ਕਾਰਵਾ ਚੱਲਦਾ ਗਿਆ ਜੀ ਉਹ ਮੌਕਾ ਵੀ ਕਹਿ ਸਕਦੇ ਹੋ ਤੁਸੀਂ ਚਲੋ ਪਰ ਮੈਨੂੰ ਪਤਾ ਵੀ ਉਹ ਗਾਣਾ ਕੋਈ ਵੀ ਗਾਉਂਦਾ ਤਾਂ ਬਹੁਤ ਮਕਬੂਲ ਹੋਣਾ ਹੀ ਸੀ ਕਿਉਂਕਿ ਉਹਦੀ ਫੀਲ ਬਹੁਤ ਵਧੀਆ ਹਰ ਚੀਜ਼ ਫੀਲ ਦਾ ਮੁੱਲ ਹੈ ਤੇ ਦੁਨੀਆ ਫੀਲ ਨੂੰ ਬਹੁਤ ਪਿਆਰ ਕਰਦੀ ਹੈ ਜੀ ਅੱਛਾ ਅਸੀਂ ਦੇਖਦੇ ਹਾਂ ਕਿ ਜਿਹੜੇ ਲਿਖਾਰੀ ਹੁੰਦੇ ਨੇ ਨਾ ਉਹ ਕਿਉਂਕਿ ਇਹ ਉਹ ਸ਼ਖਸ ਹੁੰਦੇ ਕਿ ਪਿੱਛੇ ਤੇ ਸਾਰਾ ਤਿਆਰ ਹੁੰਦਾ ਹੈ ਨਾ ਗਾਣੇ ਵਾਲਾ ਸਿੰਗਰ ਆ ਗਿਆ ਮਾਡਲ ਆ ਗਿਆ ਲੇਕਿਨ ਹੁਣ ਕਈ ਲਿਖਣ ਵਾਲੇ ਵੀ ਅੱਗੇ ਆ ਰਹੇ ਨੇ ਵੀਡੀਓ 'ਚ ਵੀ ਆਂਦੇ ਨੇ ਸ਼ਕਲ ਵੀ ਦਿਖਾਉਂਦੇ ਨੇ ਤੁਸੀਂ ਵੀ ਆਇਓ ਵੀਡੀਓ 'ਚ ਕਿਵੇਂ ਲੱਗਿਆ ਪਹਿਲਾ ਜਦੋਂ ਸ਼ੂਟ ਵੀ ਨਹੀਂ ਯਾਰ ਸਿੰਘ ਜੀਤ ਵੀ ਆਣਾ ਚਾਹੀਦਾ ਅੱਗੇ ਮੈਨੂੰ ਨਾ ਜਦੋਂ ਕਿਉਂਕਿ ਜੀ ਅਸੀਂ ਕੰਪੋਜੀਸ਼ਨ ਬਣਾਉਂਦੇ ਆ ਜਾਂ ਡਮੀਜ਼ ਵਗੈਰਾ ਕਰਦੇ ਆ ਉਹ ਖੁਦ ਗਾ ਲਈਦਾ ਨਾ ਜਦੋਂ ਗਾਉਨੇ ਆ ਤੇ ਫਿਰ ਬੰਦਾ ਸਾਹਮਣੇ ਵਾਲਾ ਕਹਿੰਦਾ ਯਾਰ ਤੂੰ ਆਪ ਹੀ ਕਰ ਯਾਰ ਬਾਈ ਚਲੋ ਕਰਨਾ ਤੇ ਮੈਂ ਚਾਹੁੰਦਾ ਸੀਗਾ ਕਿਉਂਕਿ ਕਈ ਗਾਣੇ ਹੁੰਦੇ ਨੇ ਨਾ ਕਮਰਸ ਦੇਖਦੇ ਨੇ ਹਰੇਕ ਬੰਦਾ ਹੁਣ ਜੇ ਮੈਨੂੰ ਕੋਈ 1.5 ਲੱਖ ਰੁਪਏ ਗਾਣੇ ਦਿੰਦਾ ਤਾਂ ਉਹਨੂੰ ਆਪਣੀ ਚੁਆਇਸ ਦਾ ਗਾਣਾ ਚਾਹੀਦਾ ਹੈ ਕਈ ਗਾਣੇ ਉਹਨੇ ਜੋ ਮੈਨੂੰ ਲੱਗਦਾ ਵੀ ਯਾਰ ਇਹ ਗਾਣੇ ਆਡੀਅנס ਤੱਕ ਜਾਣੇ ਚਾਹੀਦੇ ਨੇ ਲੋਕਾਂ ਤੱਕ ਪਹੁੰਚਣੇ ਚਾਹੀਦੇ ਨੇ ਸੋ ਫਿਰ ਮੈਨੂੰ ਇਹ ਲੱਗਦਾ ਵੀ ਫਿਰ ਮੈਂ ਹੀ ਵੀ ਇਹਨੂੰ ਮੈਂ ਕਹੂੰਗਾ ਇਸ ਕਰਕੇ ਫਿਰ ਮੈਂ ਫਿਰ ਲੇਜਾ ਅੱਛਾ ਮੈਂ ਇੱਕ ਵਾਰ ਹੋਰ ਦਰਸ਼ਕਾਂ ਨੂੰ ਦੱਸਦਾ ਇਹ ਲਿਖ ਲਿਖ ਦੇ ਦਾ ਚੰਗਾ ਹੈ ਇਹਨੇ ਗੁੰਦ ਵੀ ਬਹੁਤ ਵਧੀਆ ਨੇ ਔਰ ਇਹ ਤਾਂ ਪੰਜਾਬ ਦੇ ਕਹਿੰਦੇ ਨਾ ਇੱਕ ਸਾਡੀ ਹੈਗੇ ਹਰਕ ਸਿੰਗਰ ਹੀ ਹੈ ਘਰ ਚ ਹੈਨਾ ਤੇ ਲਿਖਣਾ ਸੌਖਾ ਹੈ ਜਾਂ ਗਾਣਾ ਔਖਾ ਹੈ ਜਾਂ ਗਾਣਾ ਸੌਖਾ ਹੈ ਲਿਖਣਾ ਸੌਖਾ ਔਖਾ ਮੈਨੂੰ ਲੱਗਦਾ ਇਹ ਗਾਣਾ ਔਖਾ ਥੋੜਾ ਜਿਹਾ ਗਾਣਾ ਔਖਾ ਲੱਗਦਾ ਹਾਂ ਕਿਉਂਕਿ ਇਹਦੀ ਨਾ ਮਤਲਬ ਇੱਕ ਤਿਆਰੀ ਹੈ ਪ੍ਰਮਾਧਵਾ ਨੇ ਭਾਗ ਲਾਏ ਹੁੰਦੇ ਨੇ ਜਿਵੇਂ ਹੁਣ ਜਸ਼ਨ ਹੀਰ ਨੂੰ ਮੈਂ ਕਿ ਇਹਨਾਂ ਦੀ ਵੋਕਲ ਚ ਹੈਗਾ ਗਾ ਲੈਂਦੇ ਨੇ ਹਣਾ ਤੇ ਬਹੁਤ ਸਿੰਗਰ ਗਾ ਲੈਂਦੇ ਨੇ ਮੈਂ ਗਾ ਨਹੀਂ ਲੈਂਦਾ ਮੈਂ ਗਾਉਣ ਦੀ ਕੋਸ਼ਿਸ਼ ਕਰਦਾ ਮੈਂ ਕੋਸ਼ਿਸ਼ ਹੀ ਕਰਦਾ ਰਹੂੰਗਾ ਕਿਉਂਕਿ ਮੈਂ ਗਾ ਨਹੀਂ ਸਕਦਾ ਉਸ ਲੈਵਲ ਦਾ ਪਰ ਮੈਨੂੰ ਪਤਾ ਵੀ ਮੈਂ ਜਿੰਨਾ ਕਿ ਨਵਾਣਾ ਮੈਂ ਨਵਾ ਲੂੰਗਾ ਸੋ ਇਹ ਫਰਕ ਹੈ ਲਿਖਣਾ ਜੇ ਕਰੀਏ ਤਾਂ ਵੀ ਮਤਲਬ ਇਹ ਇੱਕ ਅਲੱਗ ਪ੍ਰੋਸੈਸ ਹੈ ਅਲੱਗ ਚੀਜ਼ ਹੈ ਖਿਆਲ ਨੂੰ ਲੈ ਕੇ ਉਹਨਾਂ ਨੂੰ ਸ਼ਬਦ ਪ੍ਰੋਪਰ ਦੇਣੇ ਜਿਹੜੇ ਲੋਕਾਂ ਤੱਕ ਜਾਣ ਤੇ ਹਰ ਚੀਜ਼ ਜੋੜ ਕੇ ਰੱਖਣੀ ਹੈ ਇੱਕ ਛੋਟੀ ਜੀ ਗੱਲ ਦੇ ਵਿੱਚ ਬਹੁਤ ਵੱਡੀ ਗੱਲ ਕਹਿਣੀ ਇਹ ਆਪਣੇ ਆਪ ਚ ਜ਼ਿੰਮੇਵਾਰੀ ਵੀ ਹੁੰਦੀ ਹੈ ਔਖਾ ਵੀ ਕੰਮ ਹੈ ਇੱਕ ਜੋ ਲਾਈਨਾਂ ਦਾ ਜ਼ਰੂਰ ਹੋ ਜਾਣ ਕਿਉਂਕਿ ਦਰਸ਼ਕਾਂ ਲਈ ਕੈਨਗੀ ਵੀ ਸਿੰਗਲ ਜੀਤ ਦੀ ਆਵਾਜ਼ ਵੀ ਸੁਣੀ ਹੈ ਹਾਂਜੀ ਮੈਂ ਪਿੱਛੇ ਜੇ ਗਾਣਾ ਕੀਤਾ ਲੋਕਾਂ ਨੇ ਮੇਰਾ ਬਹੁਤ 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 ਜਾਨੀ ਕਿ ਮਾਨ ਵਧਾਇਆ ਇਸ ਗਾਣੇ ਪ੍ਰਤੀ ਤੇ ਉਹ ਇੱਕ ਆਪਣੀ ਸੱਚਾਈ ਹੈ ਮੈਨੂੰ ਲੱਗਦਾ ਵੀ ਸਾਰਿਆਂ ਦੀ ਹੋਇਆ ਸਾਈਕਲੋਂ ਜਹਾਜ਼ ਤੱਕ ਆਇਆ ਕਿਵੇਂ ਉਹ ਕੌਣੇ ਤੂੰ ਕਹਿ ਕੇ ਠੁਕਰਾਇਆ ਕਿਵੇਂ ਕਿਸਮਤ ਤੇ ਚੰਦਰੀ ਨੇ ਬੜਾ ਲਹੂ ਪੀਤਾ ਮਸਾ ਮਿਹਨਤਾਂ ਨਾ ਮੋੜ ਕੇ ਲਿਆਇਆ ਕਿਵੇਂ ਓ ਲੋਕਾਂ ਨੂੰ ਤਾਂ ਲੱਗਦਾ ਜਗਾੜ ਲਾਇਆ ਹੁਣ ਪਰ ਪਿੰਡੇ ਨੇ ਹੰਡਾਇਆ ਹੱਡ ਹੱਡ ਜਾਣਦਾ ਕਿਹੜੇ ਕਿਹੜੇ ਰਾਹ ਚੋਂ ਲੈ ਕੇ ਆਈ ਜ਼ਿੰਦਗੀ ਇੱਕ ਮੇਰੀ ਮਾਂ ਦੂਜਾ ਰੱਬ ਜਾਣਦਾ ਘੈਂਟ ਗੱਲ ਸਮੇਂ ਨੇ ਸਿਖਾਈ ਮਿੱਤਰ ਥੋਡੇ ਨਾਲੋਂ ਤੁਹਾਨੂੰ ਨਹੀਂ ਕੋਈ ਵੱਧ ਜਾਣਦਾ ਵਾਕੇ ਬੜੀ ਗਹਿਰਾਈ ਹੈ ਸ਼ਬਦਾਂ 'ਚ ਔਰ ਇਹ ਜਿਹੜੇ ਤੁਸੀਂ ਗਾਇਆ ਇਹਦੇ 'ਚ ਮੈਨੂੰ ਸਵਾਲ ਮੇਰੇ ਜ਼ਿਹਨ 'ਚ ਆਇਨੇ ਯਾ ਤਾਂ ਮਾਂ ਜਾਣਦੀ ਹੈ ਰੱਬ ਜਾਣਦਾ ਸਾਈਕਲ ਤੋਂ ਜਹਾਜ਼ ਤੱਕ ਬਹੁਤ ਕੁਝ ੰਡਾਇਆ ਤੁਸੀਂ ਜੀ ਬਿਲਕੁਲ ਜੀ ਇੱਕ ਜਰਨੀ ਵੀ ਹੈ ਮੈਂ ਸੋਚਦਾ ਨਹੀਂ ਮੈਂ ਕਈ ਚੀਜ਼ਾਂ ਸੋਚੀਆਂ ਨੇ ਵੀ ਜਦੋਂ ਸਾਈਕਲ ਸੀ ਕੋਲੇ ਉਦੋਂ ਕਿਦਾਂ ਦਾ ਫੀਲ ਸੀ ਜਹਾਜ਼ 'ਚ ਬੈਠੇ ਕਿਦਾਂ ਦਾ ਫੀਲ ਸੀ ਤੇ ਇਹ ਚੀਜ਼ਾਂ ਕਿਉਂਕਿ ਮਾਂ ਤੁਹਾਨੂੰ ਜਾਣਦੀ ਹੁੰਦੀ ਆ ਕਈ ਕਰ ਚੀਜ਼ਾਂ ਪੁੱਛੀਆਂ ਨਹੀਂ ਜਾਂਦੀਆਂ ਕਈ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ ਤੇ ਲੋਕਾਂ ਨੂੰ ਇਦਾਂ ਲੱਗਦਾ ਵੀ ਵੀ ਨਹੀਂ ਯਾਰ ਤੂੰ ਐਂ ਕੀਤਾ ਤਾਂ ਹੋਇਆ ਨਾ ਤੁਹਾਡੀ ਜਰਨੀ ਤੁਹਾਨੂੰ ਪਤਾ ਤੁਹਾਡੇ ਨਾਲ ਵੱਧ ਤੁਹਾਨੂੰ ਕੋਈ ਨਹੀਂ ਜਾਣ ਸਕਦਾ ਜੋ ਮਰਜੀ ਤੁਹਾਨੂੰ ਦੇਖ ਰਿਹਾ ਉਹਨੂੰ ਇੱਕ ਐਂਗਲ ਦੇਖ ਰਿਹਾ ਪਿਛਲੀ ਫੀਲ ਨਹੀਂ ਦੇਖ ਰਹੀ ਜੀ ਇੱਕ ਕਹਿੰਦੇ ਉਹ ਵੀ ਟਾਈਮ ਸੀ ਕਿ ਸਾਈਕਲ ਸੀ ਪੈਸੇ ਇੱਕ ਜੇਬ ਚ ਜੀ ਜੀ ਕਿੰਨੇ ਕੁ ਪੈਸੇ ਕਿਲਾਸ ਦੱਸੋ ਕਿ ਐਸ ਯਾਦ ਕਿ ਅੱਜ ਤੱਕ ਇੰਨੇ ਕੁ ਪੈਸੇ ਰਹਿ ਗਏ ਜੇਬ ਚ ਨਹੀਂ ਪੈਸੇ ਤਾਂ ਜਿੰਨਾ ਮਰਜੀ ਹੋਵੇ ਮੁੱਕ ਜਾਂਦਾ ਹੁੰਦਾ ਜਿੰਨਾ ਮਰਜੀ ਜੋੜੀ ਹੈ ਨਾ ਘਟ ਜਾਂਦਾ ਹੁੰਦਾ ਸੋ ਕਈ ਗੱਲ ਹੁੰਦਾ ਵੀ ਮੈਂ ਐਕਚੁਅਲੀ ਜੌਬ ਛੱਡ ਕੇ ਆ ਗਿਆ ਸੀਗੀ ਮੇਰੀ ਲੱਖ ਡੇਢ ਲੱਖ ਰੁਪਏ ਤਨਖਾਹ ਸੀਗੀ ਸਿੰਗਾਪੁਰ ਜੀ ਮੈਂ ਫੂਡ ਗੈੱਡ ਡਿਪਾਰਟਮੈਂਟ ਦੇ ਵਿੱਚ ਜੌਬ ਕਰਦਾ ਸੀ ਵਧੀਆ ਤੇ ਮੈਂ 2013 ਦੇ ਵਿੱਚ ਛੱਡ ਕੇ ਆ ਗਿਆ ਸੀਗੀ ਉਹਨੂੰ ਅੱਛਾ ਹਾਂਜੀ ਮੈਨੂੰ ਆਇਆ ਸੀਗਾ ਵੀ ਕੁਝ ਇੱਧਰ ਵਧੀਆ ਕਰਾਂਗੇ ਕੋਈ ਮੇਰੇ ਮਿੱਤਰ ਸੀਗਾ ਜੀ ਨਾਲ ਪੱਟੀ ਅਵਤਾਰ ਕਰਕੇ ਕੈਨੇਡਾ ਚਾਹੀ ਹੁਣ ਮੇਰੇ ਨਾਲ ਸੀਗਾ ਤੇ ਮੈਨੂੰ ਐਦਾਂ ਲੱਗਿਆ ਵੀ ਅਸੀਂ ਕੋਈ ਕਰ ਲਾਂਗੇ ਇਕੱਠੇ ਚਲੋ ਚੀਜ਼ਾਂ ਨਹੀਂ ਹੋਵੇਂ ਹੁੰਦੀਆਂ ਜੋ ਅਸੀਂ ਸੋਚਦੇ ਆਂ ਤੇ ਵੀਰ ਫਿਰ ਵਾਪਸ ਚਲੇ ਗਏ ਫਿਰ ਮੈਂ ਗਿਆ ਨਹੀਂ ਮੁੜ ਕੇ ਮੈਂ ਉੱਥੇ ਰਿਜ਼ਾਈਨ ਦੇ ਕੇ ਆ ਸੀ ਤੇ ਫਿਰ ਇੱਥੇ ਆ ਕੇ ਥੋੜਾ ਜਿਹਾ ਔਖਾ ਲੱਗਿਆ ਪੈਸੇ ਵੀ ਫਿਰ ਮੈਂ ਕੀ ਵੀ ਚਲ ਕੰਮ ਤੇ ਹੀ ਕਰਨਾ ਕਰਾਂਗੇ ਵੀ ਇਹੀ ਹੁਣ ਕਿਉਂਕਿ ਜਦੋਂ ਕਲਮ ਫੜੀ ਲਈ ਆ ਤੇ ਹੁਣ ਕਿਤੇ ਲੈ ਕੇ ਜਾਉ ਮੁਸ਼ਕਲਾਂ ਕਿ ਕਾਫੀ ਆਈਆਂ ਹੁਣ ਬਹੁਤ ਆਈਆਂ ਨੇ ਜੀ ਕਿਉਂਕਿ ਤੁਸੀਂ ਜਦੋਂ ਇੰਨਾ ਪੈਸਾ ਛੱਡ ਕਿਉਂਨੇ ਫਿਰ ਤੁਸੀਂ 2-2000 ਰੁਪਏ ਨੂੰ ਵੀ ਦਰਸਦੇ ਹੋ ਇਹ ਚੀਜ਼ਾਂ ਕਰਦੇ ਹੋ ਤੇ ਫਿਰ ਮੇਰਾ ਸਿਗੇ ਪਿੰਡ ਤੋਂ ਹੀ ਮੈਂ ਐਕਚੁਅਲੀ ਮੈਂ ਆਇਲ ਸਟੈਂਡਰ ਬਣ ਗਿਆ ਫਿਰ ਜੀ ਉਸ ਤੋਂ ਬਾਅਦ ਮੈਂ ਉੱਥੇ ਜੌਬ ਕੀਤੀ ਫਿਰ ਮੈਂ ਪੜਦਾ ਵੀ ਰਿਹਾ ਦੇ ਨਾਲ ਪੜਾਉਂਦਾ ਵੀ ਰਿਹਾ ਕਾਫੀ ਤੁਸੀਂ ਜਿਹੜੀ ਰਾਹ ਹੈ ਨਾ ਜਿਹੜੇ ਸ਼ਬਦ ਕਹੇ ਮੇਰੇ ਕੋਲ ਉਹ ਬਿਲਕੁਲ ਢੁਕਦੀ ਹੈ ਜੀ 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 ਬਿਲਕੁਲ ਯਾਦ ਆਂਦਾ ਉਹ ਦੌਰ ਹਾਂ ਉਹ ਭੁੱਲ ਨਹੀਂ ਹੁੰਦਾ ਜੀ ਉਹ ਉਹ ਇਹ ਨਹੀਂ ਭੁੱਲ ਹੁੰਦਾ ਵੀ ਔਖੇ ਸੀਗੇ ਉਹ ਇਹ ਚੀਜ਼ ਹੈ ਵੀ ਉਹਦੇ ਵਿੱਚੋਂ ਹੀ ਸਿੱਖਣ ਨੂੰ ਮਿਲਦਾ ਕੁਝ ਐਕਚੁਅਲੀ ਮਿੱਟੀ ਉਹ ਸੀ ਉਹਦੇ ਵਿੱਚੋਂ ਪੁੰਗਰੇ ਆ ਉਹ ਚੀਜ਼ਾਂ ਨੇ ਉਹ ਜਜ਼ਬਾਤ ਨੇ ਜਿਹੜੇ ਫੀਲ ਨੇ ਹਰੇਕ ਮਨ ਦੇ ਜ਼ਿੰਦਗੀ ਦੇ ਵਿੱਚ ਜੇ ਕੋਈ ਔਖਾ ਦੌਰ ਆ ਉਹਨੇ ਚਲੇ ਜਾਣਾ ਜੀ ਉਹ ਥੋੜੇ ਟਾਈਮ ਲਈ ਆ ਉਹ ਤੁਹਾਨੂੰ ਦੱਸਣ ਆਇਆ ਵੀ ਤੇਰੇ ਕੋਲ ਬਹੁਤ ਖੁਸ਼ਹਾਲ ਰਿਆ ਬਾਕੀ ਮੇਰਾ ਇੱਕ ਕੰਮ ਮੰਨਣਾ ਹੈ ਜੀ ਕੁਦਰਤ ਬੈਸਟ ਐਕਟਰ ਦਾ ਰੋਲ ਬੈਸਟ ਐਕਟਰ ਨੇ ਦਿੰਦੀ ਆ ਸਿੰਗਾਪੁਰ ਦੀ 1.5 ਲੱਖ ਦੀ ਨੌਕਰੀ ਛੱਡ ਕੇ ਫਿਰ ਉਹ 2-2000 ਲਈ ਫਿਰ ਆਇਲ ਸਟ੍ਰੇਨਰ ਦੀ ਹੈ ਜੀ ਜੀ ਕਦੀ ਸੋਚਿਆ ਬੈਠ ਕੇ ਆ ਕਿ ਮੈਂ ਕਿਹੜੇ ਪੰਗੇ ਚ ਪੈ ਗਿਆ ਕਿ ਬੰਦਾ ਟੁੱਟਣ ਵੀ ਲੱਗ ਜਾਂਦਾ ਨਾ ਹਾਂਜੀ ਟੁੱਟਦਾ ਤਾਂ ਹੈਗਾ ਬੰਦਾ ਇਹ 노 ਡਾਊਟ ਜੇ ਕੋਈ ਪਰ ਮੈਨੂੰ ਲੱਗਦਾ ਜੀ ਤੁਹਾ ਉਵਿੱਤਰ ਹੁੰਦੀ ਹੈ ਜੇ ਤੁਸੀਂ ਉਹਨੂੰ ਇੰਨੇ ਤਰੀਕੇ ਸੋਹਣੇ ਤਰੀਕੇ ਨਾਲ ਦੇਖ ਲੈਨੇ ਹੋ ਨਾ ਉਹ ਤੁਹਾਨੂੰ ਲੈ ਜਾਂਦੀ ਹੈ ਉੱਤੇ ਮੇਰਾ ਖਾਬ ਬੜਾ ਵਧੀਆ ਸੀਗਾ ਇਹ ਚੀਜ਼ ਦਾ ਕਿ ਮੈਂ ਕਿਸ ਦਿਨ ਦੁਨੀਆ ਮੂਰੇ ਆਉਂਗਾ ਨਾਮ ਆਊਗਾ ਮੇਰਾ ਲੋਕ ਮੈਨੂੰ ਦੇਖਣਗੇ ਮੈਂ ਪਹੁੰਚ ਜਾਣਾ ਮੈਂ ਸ਼ਬਦਾਂ ਦੀ ਪੈੜ ਫੜ ਫੜ ਕੇ ਪਹੁੰਚ ਜਾਣਾ ਜਦੋਂ ਅੱਜ ਅਸੀਂ ਵਿੱਚ ਬੈਠ ਕੇ ਜਾਂਦੇ ਹੋਏ ਰਸਤੇ ਜਾਂਦੇ ਪਿੰਡ ਨੂੰ ਤੇ ਮਨ ਚ ਜਹਨ ਚਾਹੁੰਦਾ ਯਾਰ ਜ਼ਿੰਦਗੀ ਤਾਂ ਵਾਕਈ ਇਹੀ ਇਹਦੇ ਵਾਸਤੇ ਹੀ ਸ਼ਾਇਦ ਆਪਾਂ ਮਿਹਨਤ ਕੀਤੀ ਸੀ ਬਿਲਕੁਲ ਜੀ ਬਿਲਕੁਲ ਐਦਾਂ ਹੁਣ ਫੀਲ ਹੁੰਦਾ ਹੈ ਵੇ ਜਿਵੇਂ ਉਹਨਾਂ ਤੋਂ ਖੰਭ ਜਿਹਾ ਪੱਤਾ ਡਿੱਗਦਾ ਨਾ ਉਹ ਬੜਾ ਸੰਤਲ ਹੋ ਕੇ ਏਦਾਂ ਥੱਲੇ ਡਿੱਗਦਾ ਵੀ ਹੁਣ ਲਾਈਫ ਏਦਾਂ ਲੱਗ ਰਹੀ ਹੈ ਹੁਣ ਮਤਲਬ ਕੋਈ ਪਟਕਣ ਜੀ ਨਹੀਂ ਹੈਗੀ ਕੋਈ ਕਿਸੇ ਪਿੱਛੇ ਕੁਝ ਪਾਉਣ ਦੀ ਏਡਾ ਕੋਈ ਨਹੀਂ ਰਿਹਾ ਹੁਣ ਆਪਦੇ ਆਪ ਚ ਬਸ ਖੁਸ਼ ਰਹਿਣਾ ਆਪਦੇ ਆਪ ਨੂੰ ਤਰੋਤਾਜ਼ਾ ਰੱਖਣਾ ਬਸ ਇਹ ਚੀਜ਼ਾਂ ਪੰਜਾਬੀ ਇੰਡਸਟਰੀ ਚ ਆਣਾ ਤੇ ਪੈਰ ਜਮਾਣਾ ਇਹ ਦੋ ਵੱਖਰੀ ਗੱਲਾਂ ਨੇ ਜੀ ਕੀ ਲੱਗਦਾ ਕਿ ਇੰਨਾ ਕੰਪੀਟੀਸ਼ਨ ਵੀ ਕਾਫੀ ਹੈਲਦੀ ਹੈ ਸਮਾਂ ਬਦਲ ਚੁੱਕਿਆ ਹੈ ਜੀ ਔਰ ਜਿਵੇਂ ਇੱਕ ਸਾਫ ਸਪਸ਼ਟਾ ਚ ਕਹਾ ਕਿ ਕੰਪੀਟੀਸ਼ਨ ਐਨਾ ਕੇ ਲੋਕੇ ਇੱਕ ਦੂਸਰੇ ਨੂੰ ਥੱਲੇ ਵੀ ਲਾ ਕੇ ਅੱਗੇ ਵਧਦੇ ਨੇ ਕੋਈ ਐਜ ਐਪੀਸੋਡ ਤੁਹਾਡੇ ਨਾਲ ਹੋਇਆ ਨਹੀਂ ਮੈਂ ਭਾਗਾਂ ਵਾਲਾ ਰਹਿਆ ਜੀ ਇਸ ਮਾਮਲੇ ਦੇ ਵਿੱਚ ਮੈਨੂੰ ਮਤਲਬ ਕਿਸੇ ਨੇ ਲੈ ਡਾਉਨ ਕੀਤਾ ਨਹੀਂ ਹੈਗਾ ਜੀ ਤੇ ਸ਼ਾਇਦ ਮੈਂ ਹੁੰਦਾ ਬਣਾ ਮੇਰੇ ਚ ਥੋੜੀ ਜੀ ਇੰਨੀ ਕ ਹੈਗਾ ਮੈਨੂੰ ਪਤਾ ਕਿਉਂਕਿ ਜਦੋਂ ਤੁਹਾਡੇ ਕੋਲ ਕੁਝ ਖਾਸ ਹੁੰਦਾ ਨਾ ਤੁਸੀਂ ਫੇਰ ਹੀ ਖੇਡ ਸਕਦੇ ਹੋ ਫੇਰ ਹੀ ਕਰ ਸਕਦੇ ਹੋ ਮਤਲਬ ਮੇਰੇ ਨਾਲ ਕਦੇ ਇਦਾਂ ਹੋਇਆ ਨਹੀਂ ਹੁੰਦਾ ਹੈ ਬਹੁਤ ਲੋਕ ਇੱਕ ਪੌੜੀ ਵਰਤ ਕੇ ਚਲੇ ਜਾਂਦੇ ਨੇ ਛੱਡ ਦਿੰਦੇ ਨੇ ਬਾਅਦ ਚ ਪਰ ਨਹੀਂ ਮੈਂ ਚਾਹੁੰਨਾ ਵੀ ਇਦਾਂ ਦੇ ਰੱਬ ਕਿਸੇ ਨੂੰ ਮਿਲਾਵੇ ਮੇਰੇ ਬੰਦੇ ਤੇ ਬਾਕੀ ਜਿਹਦਾ ਜੋ ਭਾਗਾਂ ਤੇ ਜਿਹਦਾ ਨਾ ਲਿਖਿਆ ਉਹ ਮਿਲ ਜਾਣਾ ਜੀ ਕਿਵੇਂ ਰਿਹਾ ਗੁਨਾਮ ਭੁੱਲਰ ਨਾਲ ਕੰਮ ਕਰਕੇ ਜਵਾਨਦਾਂ ਨਾਲ ਕੰਮ ਕਰਕੇ ਹੋਰ ਸਟਾਰ ਨਾਲ ਕੰਮ ਕਰਕੇ ਜੀ 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 ਸਾਰਿਆਂ ਨਾਲ ਬਹੁਤ ਵਧੀਆ ਐਕਸਪੀਰੀਅੰਸ ਰਹਿੰਦਾ ਜੀ ਸਾਰੇ ਬਦੇ ਗੁਣੀ ਗੈਣੀ ਨੇ ਆਪਣੇ ਆਪਣੀ ਕਲਾ ਦੇ ਵਿੱਚ ਨਪੁੰਨ ਬੰਦੇ ਨੇ ਜੀ ਜਦੋਂ ਮੇਲੀ ਦਾ ਬੈਠੀ ਦਾ ਪਹਿਲਾਂ ਸੋਚਦੇ ਹੁੰਦੇ ਸੀ ਵੀ ਕਿਵੇਂ ਦੇਨੇ ਹੈ ਨਾ ਜਦੋਂ ਮਿਲਣ ਤੋਂ ਬਾਅਦ ਪਤਾ ਲੱਗਦਾ ਨਹੀਂ ਯਾਰ ਕਲਾਕਾਰ ਸੱਚੀ ਅੰਦਰੋਂ ਬੜੀਏ ਵਧੀਆ ਹੁੰਦੇ ਨੇ ਹਾਲਾਤ ਦੇ ਹਿਸਾਬ ਨਾਲ ਉਹਨਾਂ ਨੂੰ ਮੌਕੇ ਮਿਲਦੇ ਨੇ ਜਿਹੜੇ ਸਿਚੁਏਸ਼ਨ ਦੇ ਹਿਸਾਬ ਨਾਲ ਜੋ ਬੋਲਦੇ ਨੇ ਕਹਿੰਦੇ ਨੇ ਕਰਦੇ ਨੇ ਐਕਸ਼ਨ ਨੇ ਲੋਕ ਉਹਨਾਂ ਦਾ ਉਹੀ ਪੱਖ ਦੇਖਦੇ ਨੇ ਪਰ ਅੰਦਰੋਂ ਬਹੁਤ ਵਧੀਆ ਵਧੀਆ ਬੰਦੇ ਨੇ ਤੇ ਸਾਰੇ ਜਵਾਨ ਨੂੰ ਬਹੁਤ ਪਿਆਰ ਕਰਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਹੁਣ ਤੁਸੀਂ ਜਸ਼ਨਹੀਰ ਨੂੰ ਲਾਂਚ ਕਰ ਰਹੇ ਹੋ ਜੀ ਜਸ਼ਨ ਕਿਵੇਂ ਸਬਬ ਬਣਾਇਆ ਐਕਚੁਅਲੀ ਮੈਂ ਇਹਨਾਂ ਚਾਹੁੰਦਾ ਸੀਗਾ ਵੀ ਇੱਕ ਮੈਨੂ ਫੀਮੇਲ ਆਰਟਿਸਟ ਚਾਹੀਦੀ ਹੈ ਪਰ ਚਾਹੀਦੀ ਉਹ ਹੈ ਜਿਹੜੀ ਜਿੱਚ ਸਬਰ ਹੋਵੇ ਜਿਹਨੂੰ ਕਹਿਣਾ ਮੰਨੇ ਜਾਂ ਜਿਹੜੀ ਮਤਲਬ ਇਦਾਂ ਹੋਵੇ ਵੀ ਉਹਦੀ ਆਵਾਜ਼ ਦੇ ਵਿੱਚ ਇਦਾਂ ਦੀ ਹੋਵੇ ਥੋੜਾ ਜਿਹਾ 올ਡ ਟੱਚ ਜਿਹਾ ਹੋਵੇ ਕਿਉਂਕਿ ਮੈਂ ਪੰਜਾਬੀ ਕਲਚਰ ਦੇ ਨੇੜੇ ਤੇੜੇ ਦੀਆਂ ਗੱਲਾਂ ਜਾਂ ਪੰਜਾਬੀ ਫੋਕ ਰੰਗ ਦੇ ਨੇੜੇ ਤੇੜੀਆਂ ਗੱਲਾਂ ਉਹ ਤੋਂ ਕਰਾਉਣਾ ਗਵਾਉਣਾ ਚਾਹਣਾ ਕੋਈ ਰੇਅਰ ਜਿਹਾ ਕਰਨਾ ਚਾਹਣਾ ਰਿਸਰਚ ਕੀਤੀ ਹਾਂਜੀ ਤੇ ਮੈਂ ਇਦਾਂ ਹੀ ਵੇਖ ਰਿਹਾ ਸੀਗਾ ਤਾਂ ਮੈਨੂੰ ਇੱਕ ਦਿਨ ਇਹਨਾਂ ਦੀ ਹਾਂਜੀ ਰੀਲ ਆ ਗਈ ਮੂਰੇ ਇਹਨਾਂ ਦਾ ਕੋਈ ਗਾਣਾ ਕੀਤਾ ਸੀ ਇਹਨਾਂ ਨੇ ਇੱਕ ਪਹਿਲਾਂ ਜਦੋਂ ਮੈਂ ਦੇਖਿਆ ਮੈਂ ਯਾਰ ਵੋਕਲ ਬਹੁਤ ਵਧੀਆ ਮੈਨੂੰ ਪਤਾ ਨਹੀਂ ਸੀ ਕੌਣ ਨੇ ਕੀ ਕਿੱਥੋਂ ਨੇ ਮੈਂ ਜਦੋਂ ਇਹਨਾਂ ਦਾ ਇੰਸਟਾਗ੍ਰam ਤੇ ਦੇਖਿਆ ਤੇ ਮੈਸੇਜ ਕੀਤਾ ਦੀਨਾ ਨੇ ਚਲੋ ਆਪਣੀ ਫੈਮਲੀ ਨਾਲ ਗੱਲ ਕੀਤੀ ਤੇ ਇਹਨਾਂ ਦੀ ਫੈਮਲੀ ਜਦੋਂ ਆਈ ਵਸੇ ਮਿਲੇ ਇਦਾਂ ਸੁਭਬ ਬਣਿਆ ਤੇ ਬਹੁਤ ਚੰਗੀ ਬਹੁਤ ਮਿਹਨਤੀ ਕੁੜੀ ਆ ਤੇ ਰੱਬ ਵਿਆਹ ਕਰਾਊਗਾ ਜੀ ਤੇ ਜਸ਼ਨ ਸਾਡੇ ਨਾਲ ਇੱਥੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਸੀ ਕਾਲ ਸਰ ਦੇਖੋ ਅੱਜਕੱਲ ਜ਼ਮਾਨਾ ਹੈ ਕਿ ਇੱਕ ਰੀਲ ਨਾਲ ਕਿਵੇਂ ਸਵਾ ਬਣ ਜਾਂਦਾ ਹੈ ਜਿੰਨਾ ਸਿੰਘ ਜੀ ਨੇ ਦੱਸਿਆ ਅ ਤੁਸੀਂ ਕਦੋਂ ਚ ਸਿੰਗਿੰਗ ਆਏ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਸਰ ਬਿਲੋਂਗ ਕਰਦੀ ਆ ਫਤੇਗੜ ਸਾਹਿਬ ਜ਼ਿਲ੍ਹਾ ਤੇ ਨੁਗਾਵਾਂ ਮੇਰਾ ਪਿੰਡਾ ਵੈਸੇ ਮੈਂ ਜਦੋਂ ਮੈਂ 5 ਸਾਲ ਦੀ ਸੀ ਤਾਂ ਮੈਂ ਚੰਡੀਗੜ੍ਹ ਆ ਕੇ ਸੀ ਉਸ ਤੋਂ ਬਾਅਦ ਇੱਥੇ ਹੀ ਸ਼ੁਰੂ ਤੋਂ ਪੜ੍ਹਿਆ ਇੱਥੇ ਹੀ ਰਹੀ ਹਾਂ ਪੇਰੈਂਟਸ ਕੀ ਕਰਦੇ ਨੇ ਪੇਰੈਂਟਸ ਮੇਰੇ ਪਾਪਾ ਨਹੀਂ ਹੈ ਤੇ ਮੰਮਾ ਘਰੇ ਹਾਂ ਅੱਛਾ ਤੇ ਮੈਂ 8 9 ਤੋਂ ਐਵੇਂ ਸੁਣਦੀ ਸੀ ਗਾਣੇ ਸੁਣਦੀ ਸੀ ਉਸ ਤੋਂ ਬਾਅਦ ਕਰਦਣ ਲੱਗਿਆ ਵੀ ਵਧੀਆ ਗਾਉਂਦੀ ਐ ਇਹਨੂੰ ਮਾਮਾ ਜੀ ਨੇ ਕਿਹਾ ਕਿ ਇਹਨੂੰ ਕਲਾਸਾਂ ਲਵਾਓ ਕਲਾਸਾਂ ਸ਼ੁਰੂ ਕੀਤੀਆਂ ਉਸ ਤੋਂ ਬਾਅਦ ਟੀਚਰਸ ਨੇ ਵੀ ਕਾਫੀਆਂ ਨੇ ਕਿਹਾ ਕਿ ਵਧੀਆ ਵੋਕਲ ਐ ਇਹਨੂੰ ਕੰਟੀਨਿਊ ਰੱਖਿਓ ਛੱਡਿਓ ਨਾ ਪਰ ਸੰਤਸਤੂ ਵਿੱਚ ਟੀਚਰ ਇਦਾਂ ਹੀ ਕਹਿੰਦੇ ਰਹੇ ਵੀ ਨਹੀਂ ਛੱਡਣਾ ਨਹੀਂ ਹੈਗਾ ਉਸ ਤੋਂ ਬਾਅਦ ਮੈਂ ਕਾਲਜ 'ਚ 뮤직 ਲੈ ਲਈ ਸੀਗੀ 뮤직 ਤੋਂ ਫਿਰ ਮੈਂ ਕਲਾਸਿਕਲ ਦੀ ਕਲਾਸਸ ਲਈਆਂ ਉੱਥੇ ਉਸ ਤੋਂ ਬਾਅਦ ਬਸ ਰੱਬ ਨੇ ਆਪੀ ਰਾਹ ਪਾ ਦਿੱਤੇ ਅੱਗੇ ਅੱਗੇ ਕਿ ਜਦੋਂ ਆਇਆ ਮੈਸੇਜ ਤੁਹਾਨੂੰ ਕੀ ਲੱਗਾ ਵੀ ਅੱਜਕੱਲ ਕਈ ਵਾਰ ਹੁੰਦਾ ਨਾ ਕਿ ਇੱਕ ਭਰੋਸਾ ਜਾਨੀ ਹੁੰਦਾ ਨਾ ਖਾਸ ਕਰ ਫੀਮੇਲ ਆਰਟਿਸਟ ਜਾਂ ਫੀਮੇਲ ਨੂੰ ਕਿ ਪਤਾ ਨਹੀਂ ਕੌਣ ਹੋਣਾ ਇਦਾਂ ਦਾ ਤਾਂ ਨਹੀਂ ਆਇਆ ਕੋਈ ਜਾਂ ਆਇਆ ਕਿ ਹਾਂ ਪਹਿਲਾਂ ਮੈਂ ਪਤਾ ਕਰ ਲਾਂ ਨਹੀਂ ਸਰ ਮੈਂ ਨਾ ਇਹਨਾਂ ਤੋਂ ਪਹਿਲਾਂ ਮੈਂ ਕਾਫੀ ਜਣਾਂ ਨੂੰ ਮਿਲ ਚੁੱਕੀ ਹਾਂ ਮੈਨੂੰ ਵਧੀਆ ਮਤਲਬ ਮੇਰੀ ਕਹਿੰਦਾ ਨਾ ਇੱਕ ਬੌਂਡਿੰਗ ਜੀ ਨਹੀਂ ਲੱਗੀ ਮੈਨੂੰ ਉਹਨਾਂ ਨਾਲ ਇਹਨਾਂ ਨਾਲ ਵਧੀਆ ਲੱਗਿਆ ਮੈਨੂੰ ਗੱਲਬਾਤ ਕਰਕੇ ਵੀ ਤਾਂ ਫਿਰ ਅਸੀਂ ਸਾਈਨ ਕਰ ਲਿਆ ਕੰਟੀਨਿਊ ਇਸ ਤੋਂ ਪਹਿਲਾਂ ਅਸੀਂ ਹੋਰ ਕੁਐਸਚਨ ਪੁੱਛੀਏ ਤਾਂ ਇੱਕ ਤੁਹਾਡੀ ਆਵਾਜ਼ ਜਿਹੜੀ ਹੈ ਵੋਕਲ ਦੀ ਤਾਰੀਫ਼ ਇੰਨੀ ਕੀਤੀ ਹੈ ਤੇ ਉਹ ਜ਼ਰੂਰ ਕੁਝ ਸਾਨੂੰ ਸੁਣਾਓ ਮੇਰੀ ਇਹ ਪੀ ਦਾ Song ਹੈ ਤਾਨੇ ਮਾਰਦਾ ਸੀ ਮਾਣ ਮੈਨੂੰ ਰੱਖਣਾ ਨਹੀਂ ਆਉਂਦਾ ਤੈਨੂੰ ਲੱਗਦਾ ਸੀ ਕਿਤੇ ਮੈਨੂੰ ਨੱਚਣਾ ਨਹੀਂ ਆਉਂਦਾ ਤਾਨੇ ਮਾਰਦਾ ਸੀ ਮਾਣ ਮੈਨੂੰ ਰੱਖਣਾ ਨਹੀਂ ਆਉਂਦਾ ਤੈਨੂੰ ਲੱਗਦਾ ਸੀ ਕਿਤੇ ਮੈਨੂੰ ਨੱਚਣਾ ਨਹੀਂ ਆਉਂਦਾ ਹੋ ਜੱਟੀ ਕਹੀ ਨਾ ਜੇ ਧਰਤੀ ਹਲਾਈ ਵੇ ਪਾ ਬੋਲੀ ਮਿੱਤਰਾ ਹੋ ਤੇਰੇ ਕਰਕੇ ਗਿੱਧੇ ਦੇ ਵਿੱਚ ਆਈ ਵੇ ਪਾ ਬੋਲੀ ਮਿੱਤਰਾ ਹੋ ਤੇਰੇ ਕਰਕੇ ਗਿੱਦੇ ਦੇ ਵਿੱਚ ਆਈ ਵੇ ਪਾ ਬੋਲੀ ਮਿੱਤਰਾ ਕੀ ਬਾਤ ਹੈ ਅੱਛਾ ਇੱਕ ਹੁੰਦਾ ਕਿ ਕਿਹੜੇ ਜਨਰ ਚ ਗਾਣਾ ਹੁੰਦਾ ਹੈ ਕਿ ਕਈ ਵਾਰ ਫੋਕ ਹੈ ਜਾਂ ਕਈ ਵਾਰ ਕਹਦੇ ਨੇ ਚੱਕਵਾ Song ਹੈ ਅੱਜ ਕੱਲ ਦਾ ਟ੍ਰੈਂਡ ਤੁਸੀਂ ਯੂਥ ਦੀ ਗੱਲ ਕਰਦੇ ਆਪਾਂ ਮੈਂ ਤੁਹਾਡੇ ਤੋਂ ਪੁੱਛਾਂਗਾ ਕਿ ਕਿਵੇਂ ਦਾ ਇਹ ਸਬਬ ਆਗੇ ਚੱਲੇਗਾ ਕਿ ਇੱਕ ਯੂਥ ਓਰੀਐਂਟਡ Song ਹੋਏਗੇ ਰੋਮਾਂਸ ਵਾਲੇ Song ਹੋ ਕਿਵੇਂ ਦੀ ਵੋਕਲ ਤੁਹਾਨੂੰ ਲੱਗਦੀ ਹੈ ਹਾਂਜੀ ਆਪਾਂ ਸਾਰਾ ਸਾਰੇ ਰੰਗ ਹੀ ਦਵਾਂਗੇ ਜੇ ਉਹ ਆਪਣੀ ਅਹਸਾਸਾਂ ਦੇ ਰੰਗ ਹੁੰਦੇ ਨੇ ਆਪਣਾ ਆਪਾਂ ਕਈ ਵਾਰ ਉਦਾਸ ਵੀ ਹੁੰਨੇ ਆ ਆਪਾਂ ਖੁਸ਼ ਵੀ ਹੁੰਨੇ ਆ ਆਪਣੇ ਚ ਪਿਆਰ ਵੀ ਆ ਤੇ ਬਾਕੀ ਕਲਚਰ ਸੱਭਿਆਚਾਰ ਦੀਆਂ ਗੱਲਾਂ ਬਾਤਾਂ ਇਤਿਹਾਸ ਦੀਆਂ ਗੱਲਾਂ ਬਾਤਾਂ ਸਾਰੀਆਂ ਵੋਕਲ ਦੇ ਵਿੱਚ ਸੁਣਨ ਨੂੰ ਮਿਲਣਗੀਆਂ ਜੀ ਤੁਸੀਂ ਕਹਿਆ ਨਾ ਉਦਾਸ ਮੈਂ ਸ਼ਾਇਰ ਨੂੰ ਹਮੇਸ਼ਾ ਪੁੱਛਿਆ ਹੁੰਦਾ ਕਿ ਉਦਾਸ ਹੋਣਾ ਪੈਂਦਾ ਲਿਖਣ ਵਾਸਤੇ ਵੀ ਇੱਕ ਮੈਂ ਪਹਿਲਾਂ ਸੈਡ ਹੋ ਜਾ ਆ ਫਿਰ ਮੇਰੇ ਤੇ ਸ਼ਬਦ ਇਦਾਂ ਤੇ ਪਰੋਣੇ ਆ ਇਹ ਹੈਗੀ ਆ ਕਿਉਂਕਿ ਮੈਂ ਕਈਆਂ ਨੂੰ ਜਿੱਦਾਂ ਪੁੱਛਦੇ ਨੇ ਕਹਿੰਦੇ ਹਾਂ ਥੋੜਾ ਬਹੁਤ ਕਈ ਵਾਰ ਅਕੋਰਡਿੰਗ ਟੂ Song ਹੋਣਾ ਪੈਂਦਾ ਬਾਕੀ ਸੱਚਾਈ ਹੈ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਨਹੀਂ ਜਿੱਦਾਂ ਤੁਹਾਨੂੰ ਭੁੱਖ ਲੱਗਦੀ ਹੈ ਫੇਰ ਰੋਟੀ ਖਾਣਿਆ ਇਦਾਂ ਹੀ ਸਾਡੇ ਹਾਵ ਭਾਵ ਨੇ ਨਾ ਜਦੋਂ ਸਾਨੂੰ ਦੁੱਖ ਹੁੰਦਾ ਸੀ ਆਪਾਂ ਆਪ ਦੁਖਦਾਸ ਹੋਵਾਂਗੇ ਜਦੋਂ ਖੁਸ਼ ਹਾਂ ਤੇ ਅਸੀਂ ਉਦੋਂ ਖੁਸ਼ ਹੋਵਾਂਗੇ ਨਾ ਸੋ ਜਿਹੜੀ ਫੀਲ ਆ ਅਹਿਸਾਸ ਨੇ ਜਦੋਂ ਤੁਸੀਂ ਦੁਖੀ ਹੁੰਨੇ ਹੋ ਫੇਰ ਤੁਹਾਡੇ ਮੂਰੇ ਕੁਝ ਵੀ ਪਿਆਵੇ ਤੁਸੀਂ ਖੁਸ਼ ਨਹੀਂ ਹੋ ਸਕਦੇ ਕੋਈ ਗਾਣਾ ਕਦੇ ਅਸੀ ਸਿਚੁਏਸ਼ਨ ਨਹੀਂ ਨਹੀਂ ਜਦੋਂ ਤੁਸੀਂ ਦੁੱਖ ਚ ਗਾਣੇ ਕਿੱਦਾਂ ਲਿਖ ਸਕਦੇ ਹੋ ਨਹੀਂ ਇੱਕ ਵਰਡਿੰਗ ਤਾਂ ਆ ਜਾਂਦੀ ਹੈ ਨਾ ਦਿਮਾਗ ਚ ਵੀ ਯਾਰ ਇਹ ਆ ਗਈ ਨਹੀਂ ਮੈਨੂੰ ਲੱਗਦਾ ਜੀ ਦੁੱਖ ਚ ਕੁਝ ਨਹੀਂ ਆਉਂਦਾ ਅੱਛਾ ਹਮੇਸ਼ਾ ਖੁਸ਼ੀ ਆ ਜਿਹੜੋ ਬੰਦੇ ਨੂੰ ਨਾ ਉਦੋਂ ਹੀ ਸਭ ਕੁਝ ਆਉਂਦਾ ਜਦੋਂ ਤੁਸੀਂ ਸੁਹਿਰਦ ਹੋਨੇਓ ਜਦੋਂ ਤੁਸੀਂ ਇੱਕ ਮੂਡ ਦੇ ਵਿੱਚ ਬੈਠੇ ਹੋਨੇ ਨਾ ਉਦੋਂ ਹੀ ਆ ਨੋਰਮਲ ਮੇਰਾ ਸਿਰ ਦੁਖਦਾਵੇਂ ਮੈਂ ਕੁਝ ਜੋੜ ਨਹੀਂ ਸਕਦਾ ਤੁਹਾਡਾ ਦੁਖਦਾਵੇਂ ਨਹੀਂ ਜੋੜ ਸਕਦੇ ਤੁਸੀਂ ਖੁਸ਼ ਹੋ ਖੁਸ਼ੀ ਇਸ ਕਰਕੇ ਵੱਡੀ ਆ ਲੋਕਾਂ ਦੀ ਪਹੁੰਚ ਤੋਂ ਦੂਰ ਲੱਗਦੀ ਆ ਵੀਜੇ ਜੀ ਖੁਸ਼ ਹੋਈਏ ਤਾਂ ਹੀ ਸਾਨੂੰ ਮਿਲਣਾ ਉਦਾਸ ਹੋਈਏ ਤਾਂ ਬੰਦਾ ਉਦਾਸੀ ਤੋਂ ਆਪ ਦਾ ਸਟ ਕਰਾ ਪਉਣ ਲਈ ਚੀਜ਼ਾਂ ਕਰੇਗਾ ਨਾ ਕਿ ਗਾਣਾ ਲਿਕੇਗਾ ਹਾਂ ਬਹੁਤ ਹੁੰਦਾ ਉਹ ਪੀਰੀਅਡ ਆ ਸਾਰਾ ਤੁਸੀਂ ਮਤਲਬ 2-4 ਸਾਲ ਉਦਾਸ ਹੀ ਰਹੇ ਹੋ ਚਾਹੇ ਤੁਹਾਡਾ ਕਿਸੇ ਨਾਲ ਰਿਲੇਸ਼ਨ ਦੀ ਗੱਲ ਹੈ ਚਾਹੇ ਤੁਹਾਡੀ ਜ਼ਿੰਮੇਵਾਰੀ ਦੀ ਗੱਲ ਹੈ ਚਾਹੇ ਤੁਹਾਡੀ ਫਾਈਨੈਂਸ ਦੀ ਗੱਲਬਾਤ ਹੈ ਉਹ ਪੀਰੀਅਡ ਆ ਜਿਹੜਾ ਪੀਰੀਅਡ ਦੌਰਾਨ ਜੇ ਤੁਹਾਡੇ ਕੋਈ ਮੂਮੈਂਟ ਜਿਹੜੇ ਬਣਦੇ ਨੇ ਉਹਨੂੰ ਤੁਸੀਂ ਕੈਚ ਕਰਕੇ ਲਿਖਦੇ ਹੋ ਉਹ ਹੋ ਸਕਦਾ ਇਹ ਨਹੀਂ ਵੀ ਸਪੈਸ਼ਲ ਗਾਣੇ ਦੇ ਲਈ ਤੁਸੀਂ ਮੈਂ ਹੁਣ 10 ਮਿੰਟ ਦੀ ਸੈਡ Song ਲਿਖਣਾ ਪਰ ਮੈਨੂੰ ਸੈਡ ਹੋਣਾ ਪੈਣਾ ਫਿਰ ਲਿਖਾਂਗੇ ਇਦਾਂ ਕਰਕੇ ਉਹ ਇਦਾਂ ਦਾ ਕੋਈ ਮੂਮੈਂਟ ਨਹੀਂ ਅੱਛਾ ਕਈ ਵਾਰ ਇਦਾਂ ਸਿਚੁਏਸ਼ਨ ਹੁੰਦੇ ਤੁਹਾਡੇ ਕੋਲ ਫੋਨ ਆ ਗਿਆ ਗੁਨਾਮ ਦਾ ਭਾਜੀ ਗਾਣਾ ਲਿਖੋ ਫਟਾਫਟ ਕੋਈ ਇਦਾਂ ਹੁੰਦਾ ਹਾਂਜੀ ਹੁਣੇ ਅਸੀਂ ਰੀਸੈਂ ਮੈਂ 3B2 ਬੈਠੇ ਸੀ ਕਿ ਮੈਂ ਤੇ ਬੀਟ ਕੇਂਗ ਅਮਰਤ ਤੇ ਬਾਈ ਦਾ ਫੋਨ ਆਇਆ ਵੀ ਭਾਜੀ ਯਾਰ ਹਾਂਜੀ ਕਹਿੰਦਾ ਵੀਰੇ ਯਾਰ ਗਾਣਾ ਚਾਹੀਦਾ ਆਪਾਂ ਨੂੰ ਆਹ ਸਿਚੁਏਸ਼ਨ ਆ ਉਹਨਾਂ ਨੇ ਮੈਨੂੰ ਫੋਨ ਤੇ ਦੱਸੇ ਮੈਂ ਕਿਹਾ ਵੀ ਮਾਰਨਿੰਗ ਸਟੂਡੀਓ ਆ ਜਾਓ ਤੇ ਉਹ ਆ ਗਏ 10 ਵਜੇ ਦਾ ਟਾਈਮ ਰੱਖ ਲਿਆ ਸੀ 12 ਵਜੇ ਦੇ ਨੂੰ ਗਾਣਾ ਡੰਨ ਪਾਸ ਹੋ ਗਿਆ ਸੀਗਾ ਇਹਨੂੰ ਕਹਿੰਦੇ ਆਂ ਸਟੈਂਡ ਲਿਖਿਆ ਜੀ ਜੀ ਬਹੁਤ ਚਿਰ ਹੁਣ ਸਟੂਡੀਓ ਚ ਪਤਾ ਹੀ ਕੱਲਾ ਜੀ ਤੁਸੀਂ ਤਿਆਰ ਹੋ ਗਏ ਹੁਣ ਜਿਵੇਂ ਹੁਣ ਫੋਨ ਕਰਦੇ ਆਂ ਜੀ ਗੁਰੀ ਵੀਰਾ ਕਹਿੰਦਾ ਵੀ ਅੱਜ ਆਹ ਸਿੰਗਰ ਬਾਈਰੇ ਨੇ ਹੋਣਾ ਤੇ ਅਸੀਂ ਬੈਠੇ ਹੁੰਨੇ ਆ ਬਾਦ ਦੋ ਕੁ ਮਿੰਟ ਗੱਲਾਂ ਬਾਤਾਂ ਕਰਦੇ ਆ ਫਿਰ ਚੀਜ਼ ਦਿਮਾਗ ਚ ਆ ਜਾਂਦੀ ਵੀ ਇਹਨਾਂ ਨੂੰ ਆ ਚੀਜ਼ ਚਾਹੀਦੀ ਆ ਐਤੀ ਤਿਆਰ ਹੋ ਜਾਂਦੀ ਆ ਫਿਰ ਇਦਾਂ ਹੀ ਕਰ ਲੈਨੇ ਆ ਹੋਰ ਕੋਈ ਤੁਹਾਡਾ ਫੇਵਰੇਟ Song ਹੱਲੇ ਤੱਕ ਯਾ ਕਹੀਂ ਫੇਵਰੇਟ ਦਾ ਖੈਰ ਕੰਪੀਟੀਸ਼ਨ ਟਫ ਹੋ ਜਾ ਜਾਂਦਾ ਹੈ ਪਰ ਮੈਂ ਗੁਨਾਮ ਭੁੱਲਰ ਦੀ ਜੇ ਗੱਲ ਕਰੀਏ ਹਨਾ ਪਾਗਲ ਆਈ ਥਿੰਕ ਜੀ ਜੀ ਪਾਗਲ ਹੈਨਾ ਉਹ ਕਈ ਗਾਣੇ ਹਰ ਗਾਣਾ ਨਾ ਦਿਲ ਦੇ ক্লোਜ਼ ਤਾਂ ਹੁੰਦਾ ਹੀ ਆ ਹੁੰਦਾ ਹੀ ਆ ਹਾਂਜੀ ਉਹ ਗਾਣਾ ਮੇਰੇ ਬਹੁਤ ক্লোਜ਼ ਹੈ ਕਿਉਂਕਿ ਉਹਦੇ ਵਿੱਚ ਜੀ ਮੈਂ ਕੁਛ ਨਹੀਂ ਅਬਦ ਲਿਖਿਆ ਆ ਹੂੰ ਉਹ ਹਰ ਚੀਜ਼ ਮੈਂ ਬਹੁਤ ਬਰੀ ਇੰਟਰਵਿਊਸ ਤੇ ਵੀ ਕਹਣਾ ਉਹਨਾਂ ਵੈਸੇ ਮੈਂ ਸਮਝਾਉਣਾ ਵੀ ਆ ਹਨਾ ਉਹ ਲੋਕੋ ਹਮੇਸ਼ਾ ਆਪਣੀ ਜਆ ਵਾਈਫ ਦੇ ਨਾਲ ਜਾਂ ਰੱਬ ਦੇ ਨਾਲ ਜਾਂ ਕੁਦਰਤ ਨਾਲ ਜਾਂ ਦੁਨੀਆ ਨਾਲ ਰਿਲੇਟ ਕਰਕੇ ਗਾਣੇ ਉਹਦੀ ਰੀਲਸ ਬਣਾਉਂਦੇ ਨੇ ਹਨਾ ਉਹਦੇ ਵਿੱਚ ਮੈਂ ਸਿਰਫ ਉਹ ਸਿਰਫ ਸ਼ਬਦ ਦਿੱਤੇ ਨੇ ਪੰਜਾਬੀ ਦੇ ਜਿਵੇਂ ਆਥਣ ਤੇ ਸਰਗੀ ਮਿਲਣਗੀਆਂ ਬੰਜਰਾਂ ਵਿੱਚ ਕਲੀਆਂ ਖੇਲਣਗੀਆਂ ਟਿੱਬਿਆਂ ਤੇ ਹੋਣੀਆਂ ਛਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਕਿਤੇ ਪਾਗਲ ਨਾ ਹੋ ਜਾਵਾਂ ਮੈਂ ਸਿਰਫ ਅੱਖਰ ਲਿਖੇ ਨੇ ਪੰਜਾਬੀ ਦੇ ਤੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਇੱਕ ਵਾਰ ਇੱਕ ਵਾਰ ਦੋ ਸੁਣਾ ਦ ਫਿਰ ਮਾਥਣ ਤੇ ਸਰਗੀ ਮਿਲਣ ਗੀਆਂ ਬੰਜਰਾਂ ਵਿੱਚ ਕਲੀਆਂ ਖਿਲਣਗੀਆਂ ਟਿੱਬਿਆਂ ਤੇ ਹੋਣੀ ਆ ਛਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਕੀ ਬਾਤ ਹੈ ਤੇ ਐਸੇ ਤਾਂ ਗੱਲਾਂ ਕਰਨ ਦਾ ਬਹੁਤ ਦਿਲ ਕਰ ਰਿਹਾ ਪਰ ਥੋੜੇ ਜਿਹਾ ਟਾਈਮ ਦਾ ਵੀ ਦੇਖਣਾ ਪੈਣਾ ਤੇ ਬਹੁਤ ਬਹੁਤ ਤੁਹਾਨੂੰ ਵਾਰਗਾਂ ਚ ਜੰਦੀ ਥੈਂਕ ਯੂ ਸਰ ਤੇ ਇੱਕ ਕਲਾਸ ਵਾਲ ਮੈਂ ਪੁੱਛਦਾ ਹਾਂ ਕਿ ਜਦੋਂ ਵੀ ਨਵਾਂ ਪ੍ਰੋਜੈਕਟ ਤੁਸੀਂ ਕਰਦੇ ਹੋ ਹੈਨਾ ਇੱਕ ਪੂਰੀ ਜੁਟ ਕੇ ਕਰਨਾ ਪੈਂਦਾ ਸਾਰਾ ਕੁਝ ਹੁਣ ਅੱਗੇ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਹੋਰ ਵੱਡਾ ਕੀ ਆ ਜਾਗਾਣਾ ਹਾਂਜੀ ਹਾਂਜੀ ਮੇਰੇ ਆ ਰਹੇ ਨੇ ਗੁਰਨਾਮ ਵੀਰੇ ਹੁਣਾਂ ਨਾਲ ਰਾਜਵੀਰ ਜਵੰਦੇ ਵੀਰੇ ਨਾਲ ਵਿੱਕੀ ਦੇ ਨਾਲ ਉਧਰ ਦੇਸੀ ਗਰੂਪ ਤੋਂ ਗੋਲਦੀ ਬਾਜੀ ਹੁਣਾਂ ਦੇ ਨਾਲ ਤੇ ਬਾਈ ਬੌਸ ਵੀਰੇ ਦੇ ਨਾਲ ਮੇਰਾ ਕੰਮ ਆ ਰਿਹਾ ਮਿਕਸਿੰਗ ਵੀਰੇ ਨਾਲ ਆ ਰਹੇ ਨੇ ਸੱਜਣ ਦੀ ਵੀਰੇ ਨਾਲ ਆ ਰਹੇ ਨੇ ਬਸ ਇਦਾਂ ਚੱਲੀ ਜਾਂਦਾ ਜੀ ਜਸ਼ਨ ਹੀਰ ਨਾਲ ਆ ਰਹੇ ਨੇ ਜੀ ਸਪੈਸ਼ਲੀ ਤੇ ਮੈਂ ਚੋਣਾ ਜੀ ਰੱਬ ਭਾਗ ਲਾਵੇ ਸਾਰਿਆਂ ਨੂੰ ਤੇ ਜਿੱਥੇ ਤੱਕ ਜਾਣਾ ਚਾਹੁੰਦੇ ਆ ਹਰੇਕ ਦੇ ਸੁਪਨੇ ਮਕਬੂਲ ਹੋਣ ਕਬੂਲ ਹੋਣ ਤੇ ਬਸ ਦੁਆ ਤੇ ਅਰਦਾਸ ਹੈ ਸਾਰਿਆਂ ਲਈ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੱਚੀ ਗੱਲ ਤਾਂ ਇਸ ਗਏ ਸਿੰਘਜੀਤ ਔਰ ਇੱਕ ਵਾਰ ਫਿਰ ਤੋਂ ਹੌਸਲੇ ਤੇ ਜਿੱਦ ਦੀ ਕਹਾਣੀ ਹੈ ਉਹ ਇਹਨਾਂ ਤੇ ਜ਼ਰੂਰ ਟੁੱਕਦੀ ਹੈ ਕਿ ਤੁਹਾਡੇ ਅੰਦਰ ਹੌਸਲਾ ਜਿੱਦ ਹੋਏ جنੂਨ ਹੋਏ ਤਾਂ ਮੁਸ਼ਕਲਾਂ ਵੀ ਫਿਰ ਸਾਈਡ ਹੋ ਜਾਂਦੀਆਂ ਨੇ ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਉਮੇਸ਼ਰ ਮਾ ਨਿਊਜ਼ 18 ਮੋਹਾਲੀ